ਸਤਿ ਸ਼੍ਰੀ ਅਕਾਲ ਜੀ। ਅੱਜ ਅਸੀਂ ਪਹੁੰਚੇ ਹਾਂ ਥਰਡ ਇੰਡੀਆ ਐਗਰੀ ਐਕ ਪ੍ਰੋਗਰੈਸ ਐਕਸਪੋ ਦੇ ਵਿੱਚ, ਜਿਹੜਾ ਕਿ ਲੱਗ ਰਿਹਾ ਸਾਹਨੇਵਾਲ ਦੇ ਵਿੱਚ 20-21-22 ਜਨਵਰੀ 2023 ਨੂੰ। ਜਦੋਂ ਆਪਾਂ ਲੁਧਿਆਣਾ ਤੋਂ ਵੱਡਾ ਰੋਡ ਜਾਂਦੇ ਹਾਂਗੇ, ਦਿੱਲੀ ਵਾਲਾ ਜਿਹੜਾ ਮੇਨ ਹਾਈਵੇ ਹੈ ਉਸ ਦੇ ਉੱਤੇ ਸਾਹਨੇਵਾਲ ਕਲੋਸ ਕਰੋਸ ਕਰਕੇ ਅੱਗੇ ਜਿਹੜਾ ਐਗਜੀਬਿਸ਼ਨ ਗਰਾਊਂਡ ਹੈ ਉੱਥੇ ਲੱਗ ਰਿਹਾ ਇਹ ਐਗਰੀ ਪ੍ਰੋਗਰੈਸ ਐਕਸਪੋ, ਜਿਹਦੇ ਵਿੱਚ ਕਿ ਐਗਰੀਕਲਚਰ ਮਸ਼ੀਨਰੀ ਅਤੇ ਡੇਅਰੀ ਫਾਰਮਿੰਗ ਦੇ ਰਿਲੇਟਡ ਜਿਹੜੀ ਟੈਕਨੋਲੋਜੀ ਹੈ, ਮਸ਼ੀਨਰੀ ਹੈ, ਉਹ ਕੰਪਨੀਜ਼ ਇੱਥੇ ਆਈਆਂ ਹੋਈਆਂ ਨੇ। ਆ ਤੁਸੀਂ ਦੇਖ ਰਹੇ ਹੋ ਜਗਤਜੀਤ ਗਰੁੱਪ ਜਿਹੜਾ ਇਹਦਾ ਸਪੋਂਸਰ ਹੈ ਉਹ ਵੀ। ਅਤੇ ਇਸ ਤੋਂ ਅਗਲਾ 14-15-16 ਅਪ੍ਰੈਲ ਨੂੰ ਜਿਹੜਾ ਰਾਈਡ ਏਸ਼ੀਆ ਦਾ ਵੀ ਇੱਥੇ ਜਿਹੜਾ ਐਗਜੀਬਿਸ਼ਨ ਲੱਗ ਰਿਹਾ ਹੈ। ਅਤੇ ਇੱਕ ਤੁਹਾਨੂੰ ਹੋਰ ਜਾਣਕਾਰੀ ਦੇ ਦਈਏ, ਮੈਕ ਆਟੋ ਜਿਹੜਾ ਆਟੋ ਐਕਸਪੋ ਹੈ ਉਹ ਵੀ ਇੱਥੇ 24-25-26-27 ਜਿਹੜਾ ਫੈਬਰੇਰੀ ਨੂੰ ਉਹ ਲੱਗ ਰਿਹਾ। ਅਤੇ ਅੱਜ ਆਪਾਂ ਗੱਲ ਕਰਦੇ ਹਾਂ ਐਗਰੀਕਲਚਰ ਮਸ਼ੀਨਰੀ ਦੇ ਰਿਗਾਰਡਿੰਗ। ਅਤੇ ਇਹ ਮੇਲਾ ਜੀ ਸਾਹਨੇਵਾਲ ਲੱਗ ਰਿਹਾ ਹੈ ਇੱਥੇ, ਜਿਹੜਾ ਇੱਥੇ ਤੁਸੀਂ ਪਾਸ ਲੈ ਕੇ ਅੰਦਰ ਐਂਟਰ ਕਰ ਸਕਦੇ ਹੋ। ਅਤੇ ਉਹ ਸਾਹਮਣੇ ਤੁਸੀਂ ਦੇਖ ਰਹੇ ਹੋ ਹਾਲ ਨੰਬਰ 1, 2, 3 ਵੱਡੇ ਵੱਡੇ ਜਿਹੜੇ ਹਾਲ ਨੇ ਉਹ ਬਣੇ ਹੋਏ ਨੇ। ਹਾਲਸ ਦੇ ਅੰਦਰ ਜਿਹੜੀਆਂ ਵੱਖ ਵੱਖ ਕੰਪਨੀਆਂ ਨੇ ਉਹ ਆਪਣੇ ਆਪਣੇ ਇੰਪਲੀਮੈਂਟਸ, ਜਿਹੜੇ ਐਗਰੀਕਲਚਰ ਰਿਲੇਟਡ ਇੰਪਲੀਮੈਂਟਸ ਅਤੇ ਡੇਅਰੀ ਫਾਰਮਿੰਗ ਦੇ ਰਿਲੇਟਡ ਜਿਹੜੇ ਉਹ ਲੈ ਕੇ ਆਏ ਹੋਏ ਨੇ। 20-21-22 ਫੈਬਰੀ 2023 ਅੱਜ 21 ਅਤੇ ਕੱਲ੍ਹ 22, ਦੋ ਦਿਨ ਇਹ ਜਿਹੜਾ ਮੇਲਾ ਇਹ ਹੋਰ ਲੱਗਣਾ ਜੀ। ਅਤੇ ਤੁਸੀਂ ਜ਼ਰੂਰ ਇੱਥੇ ਵਿਜ਼ਿਟ ਕਰੋ ਅਤੇ ਤੁਸੀਂ ਇੱਥੇ ਆ ਕੇ ਦੇਖ ਸਕਦੇ ਹੋ ਨਵੀਂ ਟੈਕਨੋਲੋਜੀ ਜਿਹੜੀ ਐਗਰੀਕਲਚਰ ਇੰਪਲੀਮੈਂਟਸ ਨੇ ਉਹ ਅਤੇ ਡੇਅਰੀ ਫਾਰਮਿੰਗ ਦੇ ਰਿਲੇਟਡ ਹਨ ਜਿੰਨੇ ਵੀ ਪ੍ਰੋਡਕਟ ਨੇ ਉਹ ਸਾਰੇ ਇੱਥੇ ਆਏ ਹੋਏ ਨੇ ਕੰਪਨੀਆਂ। ਅਤੇ ਹੋਰ ਵੀ ਵੱਖ ਵੱਖ ਕੰਪਨੀਆਂ ਐਗਰੀਕਲਚਰ ਦੇ ਰਿਲੇਟਡ ਜੋ ਵੀ ਮਟੀਰੀਅਲ ਬਣਦਾ ਗਾ ਉਹ ਸਾਰੇ ਇੱਥੇ ਆਏ ਹੋਏ ਨੇ। ਅਤੇ ਤੁਸੀਂ ਹਾਲ ਨੰਬਰ 1 ਦੇ ਵਿੱਚ ਆਪਾਂ ਐਂਟਰ ਕਰਦੇ ਹਾਂ, ਸਾਹਮਣੇ ਆਪਣੀ ਜਗਤਜੀਤ ਗਰੁੱਪ ਦੀ ਜਿਹੜੀ ਸਟਾਲ ਹੈ ਹਾਲ ਨੰਬਰ 1 ਦੇ ਵਿੱਚ ਬਿਲਕੁਲ ਸਾਹਮਣੇ ਲੱਗੀ ਹੋਈ ਹੈ। ਅਤੇ ਤੁਸੀਂ ਜ਼ਰੂਰ ਵਿਜ਼ਿਟ ਕਰੋ ਇੱਥੇ। ਅਤੇ ਇੱਥੇ ਜਿਹੜੀ ਟੈਕਨੋਲੋਜੀ ਹੈ ਐਗਰੀਕਲਚਰ ਇੰਪਲੀਮੈਂਟਸ ਨੇ, ਨਵੀਂ ਮਸ਼ੀਨਰੀ ਜੋ ਵੀ ਆਈ ਹੈ ਉਸ ਦੇ ਬਾਰੇ ਵਧੀਆ ਜਾਣਕਾਰੀ ਮਿਲਦੀ ਆ। ਸੋ ਸਾਰੇ ਵੀਰ ਪਹੁੰਚ ਕੇ ਇੱਥੇ ਇਸ ਜਿਹੜੀ ਟੈਕਨੋਲੋਜੀ ਦਾ ਵੱਧ ਤੋਂ ਵੱਧ ਲਾਹਾ ਲਓ। ਇਹ ਜਿਹੜੇ ਐਗਰੀ ਐਕਸਪੋ ਲੱਗਦੇ ਨੇ ਇਹਨਾਂ ਦੇ ਵਿੱਚ ਨਵਾਂ ਕੁਝ ਸਿੱਖਣ ਨੂੰ ਮਿਲਦਾ ਅਤੇ ਉਹ ਜ਼ਰੂਰ ਇੱਥੇ ਆ ਕੇ ਦੇਖੋ। ਜਗਤਜੀਤ ਦੇ ਜਿਹੜੇ ਇੰਪਲੀਮੈਂਟਸ ਨੇ, ਸਟਰਾ ਰੀਪਰ ਹੈ, ਇਸ ਰੀਪਰ ਨੂੰ ਤੁਸੀਂ ਬਹੁਤ ਸਾਰਾ ਪਿਆਰ ਦਿੱਤਾ, ਜਿਹੜਾ ਕਾਰ ਟਾਈਪ ਰੀਪਰ ਬਣਿਆ, ਸ਼ੌਂਕੀਆ ਕਿਸਾਨਾਂ ਦਾ ਸ਼ੌਂਕੀਆ ਰੀਪਰ, ਸ਼ੌਂਕੀ ਰੀਪਰ, ਅਤੇ ਨਾਲ ਹੀ ਜ਼ੀਰੋ ਡਰਿੱਲ, ਮਲਟੀ ਕ੍ਰੋਪ, ਲੇਜ਼ਰ ਲੈਂਡ ਲੈਵਲਰ, ਸਾਰੇ ਪ੍ਰੋਡਕਟ ਇੱਥੇ ਲੱਗੇ ਹੋਏ ਨੇ। ਸੋ ਤੁਸੀਂ ਅੱਜ ਅਤੇ ਕੱਲ੍ਹ ਇਹ ਮੇਲੇ ਦੇ ਵਿੱਚ ਆ ਕੇ ਦੇਖ ਸਕਦੇ ਹੋ ਇੰਪਲੀਮੈਂਟਸ। ਜਗਤਜੀਤ ਦੀ ਜਿਹੜੀ ਸਟਾਲ ਦੇ ਉੱਪਰ ਆਪਾਂ ਇਸ ਵਕਤ ਖੜ੍ਹੇ ਹਾਂ, ਐਗਰੀ ਇੰਡੀਆ ਐਕਸਪੋ 2 ਦਿਨ ਹੋਰ ਹੈ ਜੀ, ਤੁਸੀਂ ਜ਼ਰੂਰ ਇੱਥੇ ਵਿਜ਼ਿਟ ਕਰਨਾ।